ਨਾਜ਼ਰੀਨ ਤੁਹਾਡਾ ਪਸੰਦੀਦਾ ਔਰ ਦਿਲਚਸਪ ਪ੍ਰੋਗਰਾਮ ਕਲਚਰ ਰਿਪੋਰਟ ਲੈ ਕੇ ਇਜਾਜ਼ਤ ਸ਼ਾ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੈ ਔਰ ਸਲਾਮ ਅਰਜ਼ ਕਰਦਾ ਅੱਜ ਦਾ ਇਹ ਪ੍ਰੋਗਰਾਮ ਇਸ ਹਵਾਲੇ ਦੇ ਨਾਲ ਬਿਲਕੁਲ ਹੀ ਨਿਵੇਕਲਾ ਹੈ ਕਿ ਇਨਸਾਨੀ ਜ਼ਿੰਦਗੀ ਦੇ ਨਾਲ ਜੁੜੀ ਹੋਈ ਉਹ ਹਕੀਕਤ ਤੁਹਾਡੇ ਸਾਹਮਣੇ ਅਸੀਂ ਪੇਸ਼ ਕਰਾਂਗੇ ਜਿਹੜਾ ਕਿ ਇਨਸਾਨ ਦੇ ਇਰਤਕਾ ਦੇ ਨਾਲ ਬਰਾਹ ਰਾਸ ਤਾਲੁਕ ਹੈ ਜਿਵੇਂ ਜਿਵੇਂ ਇਨਸਾਨ ਨੂੰ ਅਕਲ ਔਰ ਸ਼ਊਰ ਆਉਂਦਾ ਗਿਆ ਉਸੇ ਤਰ੍ਹਾਂ ਹੀ ਇਨਸਾਨ ਆਪਣੀ ਜ਼ਿੰਦਗੀ ਦੇ ਦਰਜੇ ਜਿਹੜੇ ਸੀ ਉਹ ਅੱਗੇ ਤੈਅ ਕਰਦਾ ਚਲਾ ਗਿਆ ਫਿਰ ਉਹਨੂੰ ਇਸ ਗੱਲ ਦਾ ਸ਼ਊਰ ਹੋ ਗਿਆ ਕਿ ਉਹਨੇ ਆਪਣੇ ਜਿਸਮ ਨੂੰ ਵੀ ਢੱਕਣਾ ਹੈ ਉਹਨੂੰ ਇਸ ਗੱਲ ਦਾ ਸ਼ਊਰ ਹੋ ਗਿਆ ਕਿ ਉਹਨੇ ਆਪਣੇ ਆਪ ਨੂੰ ਗਰਮੀ ਅਤੇ ਸਰਦੀ ਤੋਂ ਵੀ ਬਚਾਉਣਾ ਹੈ ਉਹਨੇ ਲਿਬਾਦੇ ਉੜਨ ਦਾ ਪ੍ਰੋਗਰਾਮ ਵੀ ਸ਼ੁਰੂ ਕਰ ਲਏ ਔਰ ਆਪਣੇ ਪੈਰਾਂ ਨੂੰ ਬਚਾਉਣ ਵਾਸਤੇ ਜੁੱਤੀ ਦਾ ਇਸਤੇਮਾਲ ਵੀ ਸ਼ੁਰੂ ਹੋ ਗਿਆ ਇਸੇ ਤਰ੍ਹਾਂ ਹੀ ਜਦੋਂ ਇਨਸਾਨ ਜੰਗਲਾਂ ਔਰ ਗਾਰਾਂ ਦੇ ਵਿੱਚ ਰਹਿ ਰਿਹਾ ਸੀ ਉਸ ਵਕਤ ਉਹਨੂੰ ਇਹ ਜ਼ਰੂਰਤ ਮਹਿਸੂਸ ਹੋਈ ਕਿ ਜਿਹੜੇ ਦੂਰ ਦੇ ਲੋਕ ਆਉਂਦੇ ਸਨ ਉਹਨਾਂ ਨੂੰ ਆਵਾਜ਼ ਦਿੰਦਾ ਸੀ ਉਸ ਆਵਾਜ਼ ਦੀ ਖਾਤਰ ਉਹ ਬਿਗਲ ਵਜਾਉਂਦੇ ਸਨ ਤਾਂ ਕਿ ਦੂਰ ਦੂਰ ਤੱਕ ਉਹਨਾਂ ਦੀ ਆਵਾਜ਼ ਚਲੀ ਜਾਏ ਇਸੇ ਤਰ੍ਹਾਂ ਹੀ ਫਿਰ ਇਨਸਾਨ ਨੇ ਦੇਖਿਆ ਕਿ ਜਿਸ ਵਕਤ ਦੂਰ ਦੇ ਆਉਣ ਵਾਲੇ ਮੁਸਾਫਰ ਜਿਹੜੇ ਨੇ ਉਹਨਾਂ ਨੂੰ ਖੁਸ਼ਾਮਦੀਦ ਕਿਹਾ ਜਾਏ ਉਹਨਾਂ ਨੂੰ ਵੈਲਕਮ ਕੀਤਾ ਜਾਏ ਅਤੇ ਫਿਰ ਉਹਨਾਂ ਨੇ ਮੁਖਤਲਿਫ ਚੀਜ਼ਾਂ ਨੂੰ ਵਜਾ ਕੇ ਖੜਕਾ ਕੇ ਇਹ ਗੱਲ ਸ਼ੁਰੂ ਕਰ ਛੱਡੀ ਕਿ ਲੋਕ ਆਉਣ ਵਾਲਾ ਜਿਹੜਾ ਬੰਦਾ ਹੈ ਉਹਦਾ ਇਸਤਕਬਾਲ ਪੁਰਤਪਾਕ ਅੰਦਾਜ਼ ਨਾ ਹੋਵੇ ਇਨਸਾਨ ਦੀ ਆਵਾਜ਼ ਦੀ ਚੁੱਕੇ ਖਾਸ ਹੱਦ ਹੈ ਉਸ ਹੱਦ ਨੂੰ ਕ੍ਰਾਸ ਕਰਦੇ ਹੋਇਆ ਇਨਸਾਨ ਨੇ ਫਿਰ ਮੁਖਤਲਿਫ ਇੰਸਟਰੂਮੈਂਟ ਜਿਹੜੇ ਨੇ ਉਹ ਇਜਾਦ ਕੀਤੇ ਜਦੋਂ ਅਸੀਂ ਦੁਨੀਆ ਦੀ ਤਾਰੀਖ ਦੇ ਉੱਤੇ ਨਜ਼ਰ ਦੌੜਾਉਂਦੇ ਹਾਂ ਤਾਂ ਮੁਖਤਲਿਫ ਇਲਾਕਿਆਂ ਦੇ ਵਿੱਚ ਮੁਖਤਲਿਫ ਜ਼ਮਾਨਿਆਂ ਦੇ ਵਿੱਚ ਇਨਸਾਨ ਦੀ ਇਸੇ ਤਰੱਕੀ ਦਾ ਅਮਲ ਸਾਨੂੰ ਨਜ਼ਰ ਆਉਂਦਾ ਹੈ ਅਫਰੀਕਾ ਦੇ ਜੰਗਲਾਂ ਦੇ ਵਿੱਚ ਜਾਂ ਅਫਰੀਕਾ ਦੇ ਸ਼ਹਿਰਾਂ ਦੇ ਵਿੱਚ ਇਸੇ ਤਰ੍ਹਾਂ ਹੀ ਬਰੇ ਸਗੀਰ ਦੇ ਸ਼ਹਿਰਾਂ ਦੇ ਵਿੱਚ ਚਾਹੇ ਉਹ ਅਮਰੀਕਾ ਹੋਵੇ ਚਾਹੇ ਉਹ ਪਾਕਿਸਤਾਨ ਹੋਵੇ ਚਾਹੇ ਉਹ ਅਫਗਾਨਿਸਤਾਨ ਜਾਂ ਮਸ਼ਰਕ ਵਸਤਾ ਹੋਵੇ ਦੁਨੀਆ ਦੇ ਜਿੰਨੇ ਵੀ ਮੁਲਕ ਨੇ ਉਹਨਾਂ ਦੇ ਵਿੱਚ ਮੁਖਤਲਿਫ ਆਵਾਜ਼ਾਂ ਨੂੰ ਮੁਖਤਲਿਫ ਅੰਦਾਜ਼ ਦੇ ਨਾਲ ਮੁਖਤਲਿਫ ਇੰਸਟਰੂਮੈਂਟ ਦੇ ਜ਼ਰੀਏ ਖੁਸ਼ਾਮਦੀਦ ਗਮੀ ਔਰ ਖੁਸ਼ੀ ਦੋਨਾਂ ਮੌਕਿਆਂ ਦੇ ਉੱਤੇ ਇਸਤੇਮਾਲ ਕਰਨ ਵਾਲੇ ਇੰਸਟਰੂਮੈਂਟ ਜਿਹੜੇ ਉਹ ਵਜੂਦ 'ਚ ਆ ਗਏ ਨਾਜ਼ਰੀਨ ਐਸੇ ਮੌਕੇ ਦੇ ਉੱਤੇ ਇੱਕ ਐਸਾ ਖੂਬਸੂਰਤ ਸਾਜ਼ ਵਜੂਦ 'ਚ ਆਇਆ ਜਿਹਦਾ ਨਾਂ ਢੋਲ ਹੈ ਅਫਰੀਕਾ ਦੇ ਜੰਗਲ ਹੋਣ ਜਾਂ ਦੁਨੀਆ ਦਾ ਕੋਈ ਵੀ ਖਿੱਤਾ ਹੋਵੇ ਉੱਥੇ ਅੱਜ ਵੀ ਇਸੇ ਤਰ੍ਹਾਂ ਹੀ ਮੁਖਤਲਿਫ ਮੌਕੇ ਦੇ ਉੱਤੇ ਢੋਲ ਵਜਾਇਆ ਜਾਂਦਾ ਹੈ ਔਰ ਢੋਲ ਦੇ ਨਾਲ ਉਹਦੀਆਂ ਜਿਹੜੀਆਂ ਮੁਖਤਲਿਫ ਆਵਾਜ਼ਾਂ ਨੇ ਅੰਦਾਜ਼ ਨੇ ਉਹ ਅਸੀਂ ਤੁਹਾਡੇ ਨਾਲ ਬਾਅਦ ਵਿੱਚ ਡਿਸਕਸ ਕਰਾਂਗੇ ਖਾਸ ਤੌਰ ਦੇ ਉੱਤੇ ਨਾਜ਼ਰੀਨ ਜਿਹੜਾ ਢੋਲ ਹੈ ਉਹਦੇ ਵਿੱਚ ਇੱਕ ਤਸਵਫ ਦਾ ਅੰਦਾਜ਼ ਔਰ ਸੂਫੀਆਨਾ ਸ਼ਾਇਰੀ ਔਰ ਸੂਫੀਆਨਾ ਕਲਾਮ ਜਿਹੜਾ ਉਹਦੇ 'ਤੇ ਔਰ ਅਗਰ ਢੋਲ ਵੱਜ ਰਿਹਾ ਹੋਵੇ ਤਾਂ ਮੁਮਕਿਨ ਨਹੀਂ ਹੈ ਕਿ ਇਨਸਾਨ ਦੀ ਫਿਤਰਤ ਦੇ ਅੰਦਰ ਇਹ ਮਾਦਾ ਭਰਿਆ ਹੋਇਆ ਕਿ ਉਹਦੇ ਪੈਰ ਥਰਕਣਾ ਉਹਦੇ ਪੈਰ ਥਰਕਦੇ ਨੇ ਔਰ ਢੋਲ ਦੀ ਆਵਾਜ਼ ਜਿਹੜੀ ਹੈ ਉਹਨੂੰ ਆਪਣੀ ਲੈ ਦੇ ਵਿੱਚ ਸਮੇਟ ਲੈਂਦੀ ਹੈ ਇਹੀ ਵਜ੍ਹਾ ਹੈ ਕਿ ਮਹਿਫਲੇ ਸਮਾਹ ਦੇ ਵਿੱਚ ਜਾਂ ਮੁਖਤਲਿਫ ਉਰਸਾਂ ਦੇ ਮੌਕਿਆਂ ਦੇ ਉੱਤੇ ਜਦੋਂ ਢੋਲ ਵੱਜਦਾ ਹੈ ਤਾਂ ਲੋਕ ਜਿਹੜੇ ਨੇ ਵਜ ਦੀ ਕੈਫੀਅਤ 'ਚ ਵੀ ਆ ਜਾਂਦੇ ਨੇ ਔਰ ਹਾਲ ਮਸਤ ਹੋ ਜਾਂਦੇ ਨੇ ਇਹ ਅੱਜ ਅਸੀਂ ਢੋਲ ਦੇ ਮੁਖਤਲਿਫ ਜਿਹੜੇ ਦਰਜੇ ਨੇ ਜਿਸ ਤਰ੍ਹਾਂ ਇਹਦੀ ਮੇਕਿੰਗ ਹੁੰਦੀ ਹੈ ਉਹਦੇ ਬਾਰੇ 'ਚ ਅੱਜ ਦਾ ਪ੍ਰੋਗਰਾਮ ਤੁਹਾਡੀ ਖਿਦਮਤ 'ਚ ਪੇਸ਼ ਕਰਾਂਗੇ ਅਤੇ ਆਓ ਵੇਖੀਏ ਹੁਣ ਅਸੀਂ ਢੋਲ ਦੇ ਬਾਰੇ 'ਚ ਇਹਦੀ ਮੇਕਿੰਗ ਦੇ ਕੀ ਮਰਹਲੇ ਨੇ ਨਾਜ਼ਰੀਨ ਹੁਣ ਅਸੀਂ ਐਸੀ ਜਗ੍ਹਾ 'ਤੇ ਆ ਗਏ ਹਾਂ ਜਿਹਦੇ ਵਿੱਚ ਨਾ ਸਿਰਫ ਪੰਜਾਬ ਬਲਕਿ ਲਾਹੌਰ ਦੇ ਬਿਹਤਰੀਨ ਢੋਲ ਵਜਾਉਣ ਵਾਲੇ ਔਰ ਢੋਲ ਬਣਾਉਣ ਵਾਲੇ ਜਿਹੜੇ ਨੇ ਉਹ ਦੋਵੇਂ ਮੌਜੂਦ ਨੇ ਅਤੇ ਆਓ ਅਸੀਂ ਵੇਖੀਏ ਕਿ ਢੋਲ ਇਹਨਾਂ ਤੋਂ ਪੁੱਛੀਏ ਕਿ ਢੋਲ ਕਿਵੇਂ ਬਣਦਾ ਹੈ ਔਰ ਉਹਦੇ ਕਿਹੜੇ ਮੁਖਤਲਿਫ ਮਰਹਲੇ ਜਿਹੜੇ ਨੇ ਉਹ ਕਿਵੇਂ ਹੁੰਦੇ ਨੇ ਮੇਰਾ ਨਾਮ ਯੂਸਫ ਉਰਫ ਛਾਨਾ ਢੋਲ ਵਾਲਾ ਹੈ ਅਤੇ ਇਹ ਢੋਲ ਗੁਜਰਾਲੇ ਤੋਂ ਬਣ ਕੇ ਆਉਂਦਾ ਇੱਥੇ ਫਿਰ ਦੁਬਾਰਾ ਅਸੀਂ ਤਿਆਰ ਕਰਨੇ ਪਾਲਿਸ਼ ਕਰਕੇ ਕੰਪਲੀਟ ਵਰਗੇ ਵਗੈਰਾ ਘੁੰਮਣ ਵਗੈਰਾ ਤਾਂ ਤਿਆਰ ਕਰੀਦੇ ਨੇ ਅਤੇ ਇਹ ਮੈਂ ਕਾਲੀ ਕਾਲੀ ਦਾ ਬਣਿਆ ਅਜੇ ਵਨ ਪੀਸ ਹੈ ਖਾਲੀ 'ਚ ਇਸ ਕੁੰਡਲ ਦੇ ਵਿੱਚ ਰੱਖ ਕੇ ਦੇਖੋ ਤਾਰ ਡਾਲ ਕੇ ਇਹ ਮੈਂ ਤਿਆਰ ਕਰਨ ਲੱਗਾ
शादी करनी है कोई बटे दे कुछ नहीं ਸਫਾਈ ਦੇ ਵਿੱਚ ਤੋਂ ਬਾਅਦ ਨੂੰ ਇਹਦਾ ਵਿਚਲਾ ਪੀਸ ਕੱਢਣਾ ਰੋਸ਼ਨ ਲੈਣਾ ਲੂਣ ਜ਼ਰਾ ਸੁੱਕਣੇ ਉਸ ਤੋਂ ਬਾਅਦ ਇਸ ਥਾਲੀ ਨੂੰ ਰੋਸ਼ਨ ਲੈਣਾ ਹੁਣ ਇਹਦੇ ਉੱਤੇ ਜੋੜ ਦਿਆਂ ਇਹ ਇੱਕ ਸਟੋਰ ਦੀ ਸੈਡ ਤਿਆਰ ਹੋ ਗਈ ਸੈਂਟਰ ਕਰਕੇ ਨਿਸ਼ਾਨ ਲਾ ਲੈਣਾ ਠੀਕ ਹੈ ਜੀ ਉਸ ਤੋਂ ਬਾਅਦ ਇਹਨੂੰ ਤੁਸੀਂ ਸਮਾਧ ਲਾ ਦਿਓ ਇਹ ਤੀਲ ਇਹ ਡਗਾ ਇਹਦੇ ਨਾਲ ਢੋਲ ਵੱਜਦਾ ਇਹ ਉਸਤਾਦ ਹਰੀ ਇਹਦੇ ਨਾਲ ਤੁਹਾਨੂੰ ਢੋਲ ਵਜਾ ਕੇ ਦਿਖਾਉਣ ਜੀ ਮੇਰੇ ਦਾਦਾ ਜੀ ਪਹਿਲੇ ਵਜਾਉਂਦੇ ਸੀ ਢੋਲ ਉਹਦੇ ਬਾਅਦ ਮੇਰੇ ਵਾਲਦ ਸਾਹਿਬ ਵਜਾਉਂਦੇ ਨੇ
उसके बाद असी शुरू किया। कुछ साढ़े शागिर्द पेशा वो भी बजाते हैं, मसलन जो साढ़े को बच्चे ने भी इस चीज़ का शौक रखते हैं। असी पाक दरबारा के बलिया दरगाहों पर बजाने जरा अच्छे तरीके नाल और खुशी मौके दे फिर तेल मेहंदी दे असी तुहाडे नाल जदों टोल की गल कर रहे हैं ते एक जमाना जिवें जिवें वक्त गुजरता गया और कई जमानों तो एक गल साडे सामने आउंदी है कि जिहड़ी एडवर्टाइजमेंट सी मशहूरी सी और टांगे दे उत्ते कीती जांदी सी। नाज़रीन असी हुण अपने इस प्रोग्राम के उस हिस्से दाखिल हो गए हैं जिदे विच ये ढोल जदों वजूद च आ जाता है और मार्केट दे विच इंस्ट्रूमेंट के तौर उत्ते खरीदार खरीदारी वास्ते आते हैं और वेचन वाले जिहड़े ने उन्हें दुकान पर ले आते हैं। अज असी इस वक्त ऐसी ही एक दुकान के उत्ते हैं जिदे विच मौसीकी दे मुख्तलिफ जिहड़े आलात ने वो उत्ते सेल हुंदे ने। जी वसीम साहब, तुसीं जरा सानूं दसो कि तुहाडे कोल किस किस्म के गाहक आउंदे ने और ढोल के बारे च कोई जिहड़ी तुहाडे कोल मालूमात है वो साडे नाज़रीन तक जरूर। ढोल के बारे च इस तरह है कि जिहड़े ढोल वजाउण वाले हैगे ने यह खरीदते हैं साडे कोल आके, उस तो इलावा जिन्हें भी शौकीन हैगे ने अपना ढोल वजाउण वाले वो खरीदते हैं साडे कोल आके। हर किस्म के ढोल साडे कोल मिलते हैं। एक ढोल है ना वड्डे जिहड़े मेले इस्तेमाल होंदे ने, धमाला इस्तेमाल होंदे ने, उस तो इलावा शौकीन शादी ब्याह इस्तेमाल करते हैं, तो उस तो इलावा छोटी ढोलकी आ जाती है वो जी शादी इस्तेमाल होंगी घर दे। इस तरह ही फिल्मी ढोलकी की एक वो अपना एक अपना रिकॉर्डिंग इस्तेमाल होंगी है। ਤੁਸੀਂ ਦੇਖਿਆ ਕਿ ਅਸੀਂ ਢੋਲ ਦੀਆਂ ਮੁxtਲਿਫ ਸ਼ਕਲਾਂ ਔਰ ਢੋਲ ਦੇ ਮੁxtਲਿਫ ਅੰਦਾਜ਼ ਹੁਣੇ ਸੁਣ ਰਹੇ ਸਾਂ। ਇਸੇ ਤਰ੍ਹਾਂ ਹੀ ਢੋਲ, ਤਬਲਾ, ਢੋਲਕੀ ਔਰ ਦਫ ਜਿਹੜੀ ਹੈ ਇਹਦੇ 'ਚ ਖਾਸ ਤੌਰ 'ਤੇ ਦਫ ਜਿਹੜਾ ਹੈ ਇਹ ਇੱਕ ਤਾਂ ਚਮੜੇ ਦੇ ਨਾਲ ਢੋਲ ਔਰ ਦਫ ਚਮੜੇ ਦੇ ਨਾਲ ਬਣਾਈ ਜਾਂਦੀ ਹੈ, ਲੇਕਿਨ ਹੁਣ ਲੇਟੈਸਟ ਇਹਦੇ 'ਚ ਖੂਬਸੂਰਤੀ ਆ ਗਈ ਹੈ ਕਿ ਢੋਲ ਔਰ ਚਮੜੇ ਦੀ ਜਿਹੜੀ ਉਹ ਜਗ੍ਹਾ ਜਿੱਥੇ ਕਿ ਅਸਲ ਦੇ ਵਿੱਚ ਸਟਿੱਕ ਲਗਾਈ ਜਾਂਦੀ ਹੈ ਜਾਂ ਹੱਥ ਨਾਲ ਉਹਨੂੰ ਵਜਾਇਆ ਜਾਂਦਾ ਹੈ ਔਰ ਉਹਦੇ ਨਾਲ ਇੱਕ ਖਾਸ ਰਿਦਮ ਪੈਦਾ ਕੀਤਾ ਜਾਂਦਾ ਹੈ, ਉਹ ਉੱਥੇ ਹੁਣ ਬਹੁਤ ਖੂਬਸੂਰਤ ਨਕਸ਼ਾ ਨਗਾਰ ਵੀ ਕੀਤੇ ਜਾਂਦੇ ਨੇ। ਇਹ ਨਕਸ਼ਾ ਨਗਾਰ ਬਜ਼ਾਹਿਰ ਤਾਂ ਸਾਨੂੰ ਇਹਨਾਂ ਢੋਲਾਂ 'ਚ ਔਰ ਦਫਾਂ ਦੇ ਉੱਤੇ ਬਣੇ ਹੋਏ ਦਿਖਾਈ ਦਿੰਦੇ ਨੇ, ਲੇਕਿਨ ਅਗਰ ਅਸੀਂ ਥੋੜ੍ਹੀ ਜਿਹੀ ਤਵੱਜੋ ਕਰੀਏ ਔਰ ਤਾਰੀਖ ਦੇ ਵਰਕਾਂ ਨੂੰ ਵੇਖੀਏ ਤਾਂ ਅਸਾਰੇ ਕਦੀਮਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਮੁਗਲ ਬਾਦਸ਼ਾਹ ਜਿਹੜੇ ਨੇ ਉਹ ਮੁਖਤਲਿਫ ਤਕਰੀਬਾਤ ਦੀ ਜਿਹੜੀਆਂ ਉਹਨਾਂ ਦੀਆਂ ਮਿਨੀਏਚਰਸ ਮਿਲਦੀਆਂ ਨੇ
ਉਹਦੇ 'ਚ ਸਾਨੂੰ ਨਜ਼ਰ ਆਉਂਦਾ ਹੈ ਕਿ ਮੁਸਵਰਾਂ ਨੇ ਖੂਬਸੂਰਤ ਰੰਗਾਂ ਦੇ ਨਾਲ ਢੋਲਾਂ ਨੂੰ ਔਰ ਉਹਨਾਂ ਤਕਰੀਬਾਤ ਨੂੰ ਖੂਬਸੂਰਤ ਅੰਦਾਜ਼ ਦੇ ਨਾਲ ਸਜਾਇਆ ਹੋਇਆ ਔਰ ਉਹ ਮੰਜ਼ਰ ਜਿਹੜੇ ਨੇ ਬਹੁਤ ਹੀ ਦਿਲਕਸ਼ ਔਰ ਦਿਲਫਰੇਮ ਲੱਗਦੇ ਨੇ। ਨਾਜ਼ਰੀਨ, ਅਸੀਂ ਮੇਲਿਆਂ ਠੇਲਿਆਂ ਦਾ, ਉਰਸਾਂ ਦਾ, ਮਹਿੰਦੀ ਦਾ ਪ੍ਰੋਗਰਾਮ, ਮੁਖਤਲਿਫ ਅੰਦਾਜ਼ ਦੇ ਜਿਹੜੇ ਸਾਡੇ ਵਿੱਚ ਜਸ਼ਨਾਂ ਦੇ ਪ੍ਰੋਗਰਾਮ ਨੇ ਉਹ ਤੁਹਾਡੇ ਨਾਲ ਅਸੀਂ ਡਿਸਕਸ ਕੀਤੇ ਔਰ ਉਹਦੇ ਸਾਰਿਆਂ ਦਾ ਜਿਹੜੀ ਕਦਰ ਮੁਸ਼ਤਰਕ ਸੀ ਉਹ ਢੋਲ ਹੈ। ਢੋਲ ਦੇ ਨਾਲ ਮਹਿਫਲ ਸੱਜ ਜਾਂਦੀ ਹੈ, ਮਹਿਫਲ ਦਾ ਅਰੂਜ ਆਪਣੇ ਆਪਣੀ ਸ਼ਾਨ ਔਰ ਆਪਣੀ ਸ਼ੌਕਤ ਦੇ ਨਾਲ ਆਪਣੇ ਅਰੂਜ 'ਤੇ ਪਹੁੰਚ ਜਾਂਦੀ ਹੈ। ਮੁਖਤਲਿਫ ਜਿਹੜੇ ਬਰਾਤੀ ਨੇ ਔਰ ਬਾਜੇ ਵਾਲੇ ਨੇ ਉਹ ਆ ਕੇ ਇੱਕ ਬਾਰਾਤ ਦੀ ਖੂਬਸੂਰਤੀ ਔਰ ਹੁਸਨ ਦੇ ਵਿੱਚ ਇਜ਼ਾਫਾ ਕਰਦੇ ਨੇ। ਇਸੇ ਤਰ੍ਹਾਂ ਹੀ ਢੋਲੀ ਵਾਲੇ ਜਿਹੜੇ ਨੇ, ਢੋਲਕੀ ਜਿਹੜੇ ਨੇ, ਉਹ ਆ ਕੇ ਢੋਲ ਵਜਾਉਂਦੇ ਨੇ ਔਰ ਬਰਾਤ ਦੇ ਵਿੱਚ ਮੁੰਡੇ ਦੇ ਭਰਾ ਔਰ ਦੋਸਤ ਅੱਗੇ ਅੱਗੇ ਬਰਾਤ ਦੇ ਭੰਗੜਾ ਪਾਉਂਦੇ ਜਾਂਦੇ ਨੇ। ਵੇਲੀ ਜਿਹੜੇ ਨੇ ਉਹ ਵੇਲਾਂ ਦਿੰਦੇ ਜਾਂਦੇ ਨੇ ਔਰ ਢੋਲਕੀ ਵਾਲਾ ਜਿਹੜਾ ਉਹ ਢੋਲ ਵਾਲਾ ਜਿਹੜਾ ਉਹ ਢੋਲ ਵਜਾਈ ਜਾਂਦਾ। ਇਹ ਜਿਵੇਂ ਜਿਵੇਂ ਵਕਤ ਗੁਜ਼ਰਦਾ ਗਿਆ ਇਸੇ ਤਰ੍ਹਾਂ ਹੀ ਇਸ ਦਾ ਸਬਬ ਜਿਹੜਾ ਸੀ ਇਹ ਪਿੰਡਾਂ ਦੇ ਲੋਕ ਜਿਹੜੇ ਨੇ ਉਹ ਸ਼ਹਿਰ ਦੀ ਤਰਫ ਆ ਗਏ ਔਰ ਆ ਕੇ ਉਹਨਾਂ ਨੇ ਇਹਨੂੰ ਇੱਕ ਖਾਸ ਬਿਜ਼ਨਸ ਦੀ ਸ਼ਕਲ ਦੇ ਦਿੱਤੀ। ਉਹ ਆ ਕੇ ਆਪਣੀਆਂ ਖਾਸ ਜਗ੍ਹਾ ਦੇ ਉੱਤੇ ਬੈਠ ਜਾਂਦੇ ਨੇ ਔਰ ਫਿਰ ਜਿਹਦੇ ਘਰ 'ਚ ਕੋਈ ਖੁਸ਼ੀ ਹੁੰਦੀ ਹੈ, ਜਿਹਦੇ ਘਰ ਦੇ ਵਿੱਚ ਸਾਲਗਿਰਾ ਹੁੰਦੀ ਹੈ, ਕਿਸੇ ਬੱਚੇ ਦੀ ਪੈਦਾਇਸ਼ ਹੁੰਦੀ ਹੈ ਜਾਂ ਸ਼ਾਦੀ ਵਿਆਹ ਦਾ ਮੌਕਾ ਹੁੰਦਾ, ਉਹ ਫਿਰ ਇਹਨਾਂ ਨੂੰ ਆ ਕੇ ਲੈ ਜਾਂਦਾ। ਮੈਨੂੰ ਯਕੀਨੇ ਕਾਮਲ ਹੈ ਕਿ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਕਲਚਰਲ ਰਿਪੋਰਟ ਬਹੁਤ ਪਸੰਦ ਆਇਆ ਹੋਵੇਗਾ ਔਰ ਇਹਦੇ ਅੰਦਰ ਚੁੱਕੇ ਢੋਲ ਦੀ ਧਮਕ ਦੇ ਨਾਲ ਦਿਲ ਦੀ ਧੜਕਣ ਅਟੈਚ ਹੁੰਦੀ ਹੈ। ਇਸ ਵਾਸਤੇ ਇਹ ਪ੍ਰੋਗਰਾਮ ਤੁਹਾਨੂੰ ਬਹੁਤ ਜ਼ਿਆਦਾ ਚੰਗਾ ਲੱਗਿਆ ਹੋਵੇਗਾ। ਇਸ ਗੱਲ ਦੇ ਨਾਲ ਹੀ ਇਜਾਜ਼ ਅਰਸ਼ਦ ਨੂੰ ਅੱਜ ਦਾ ਪ੍ਰੋਗਰਾਮ ਖਤਮ ਕਰਨ ਦੀ ਇਜਾਜ਼ਤ ਦਿਓ। ਇਨਸ਼ਾਅੱਲਾ ਅਗਲੀ ਵਾਰੀ ਫਿਰ ਕਿਸੇ ਚੰਗੇ ਪ੍ਰੋਗਰਾਮ ਦੇ ਨਾਲ, ਚੰਗੇ ਇਨਵਾਨ ਦੇ ਨਾਲ ਤੁਹਾਡੇ ਨਾਲ ਫਿਰ ਹਾਜ਼ਰ ਹੋਵਾਂਗਾ। ਜਿਉਂਦੇ ਰਹੋ, ਰੱਬ ਰਾਖਾ।